हाँ जी, सत श्री अकाल जी। तुहाडे अपने चैनल ते तुहाडा बहुत बहुत स्वागत है। ते अज असीं पंजाब टेट दे विच मैथमेटिक्स नाल रिलेटेड कुछ इंपोर्टेंट टॉपिक डिस्कस करांगे। स्क्रीन ते सब तो पहला सवाल तुहाडे सामने है जी। 20 वस्तुआं दा खरीद मुल एक्स वस्तुआं दे वेच मुल दे बराबर है, जेकर मुनाफा 25% होवे तां एक्स दा मुल पता करो। स्टेटमेंट इंग्लिश दे विच भी लिखी हुई है। असीं 20 वस्तुआं 100 रुपए दीआं खरीदियां। मैं पहला सॉल्व कीता है जी कि मान लो असीं 20 100 रुपए दीआं 20 वस्तुआं खरीद लियां। जेकर अहीं 20 वस्तुआं 100 रुपए दीआं खरीदियां ने तां एक वस्तु किन्ने दी हो जाएगी जी? जेकर असीं एक वस्तु हो जाएगी जी 5 रुपए दी। ठीक है, ते सानू दस्या गया है कि सानू प्रॉफिट किन्ना होया है जी? प्रॉफिट होया है सानू 25%। जेकर तुसीं कोई वस्तु 5 रुपए दी खरीदो, 5 रुपए दी तुसीं कोई वस्तु खरीदो ते ओनू 25% मुनाफे ते जेकर वेचना होवे तां तुहानू किन्ने रुपए दी वेचनी पएगी? 5 दा 25% वधा लो, ये बन जाएगा जी 6 रुपए ते 25 पैसे। इहदा मतलब ਕਿ ਤੁਸੀਂ 5 ਰੁਪਏ ਦੀ ਵਸਤੂ ਖਰੀਦੀ ਆ ਤੇ 6 ਰੁਪਏ 25 ਪੈਸੇ ਦੀ ਜੇਕਰ ਵੇਚੋ ਤਾਂ ਤੁਹਾਨੂੰ 25% ਮੁਨਾਫਾ ਹੋ ਜਾਣਾ। ਠੀਕ ਹੈ, ਹੁਣ ਦੇਖੋ ਉਹਨੇ 100 ਰੁਪਏ ਦੀਆਂ ਚੀਜ਼ਾਂ ਖਰੀਦੀਆਂ ਸੀ ਤੇ 6 ਰੁਪਏ 25 ਪੈਸੇ ਦੇ ਹਿਸਾਬ ਦੇ ਨਾਲ ਜੇਕਰ ਉਹ ਵਸਤੂਆਂ ਨੂੰ ਵੇਚਣਾ ਸ਼ੁਰੂ ਕਰਦਾ ਹੈ। ਠੀਕ ਹੈ, ਇੱਕ ਵਸਤੂ 6 ਰੁਪਏ 25 ਪੈਸੇ ਦੀ ਵੇਚੇ ਤਾਂ ਉਹਨੂੰ ਸਿਰਫ 16 ਵਸਤੂਆਂ ਹੀ ਵੇਚਣੀਆਂ ਪੈਣਗੀਆਂ ਤੇ ਉਹਦੇ 100 ਰੁਪਏ ਪੂਰੇ ਹੋ ਜਾਣਗੇ। ਜੇਕਰ ਅਸੀਂ 6 ਰੁਪਏ 25 ਪੈਸੇ ਦੀ ਇੱਕ ਵਸਤੂ ਵੇਚਦੇ ਹਾਂ ਤਾਂ ਲਾਗਤ ਮੁੱਲ ਮਤਲਬ ਕਿ 100 ਰੁਪਏ ਨੂੰ ਪੂਰਾ ਕਰਨ ਦੇ ਲਈ ਸਾਨੂੰ ਕਿੰਨੀਆਂ ਵਸਤੂਆਂ ਵੇਚਣੀਆਂ ਪੈਣਗੀਆਂ? 100 ਨੂੰ ਤਕਸੀਮ ਕਰ ਦਿਓ 6.25 ਦੇ ਨਾਲ ਤੇ ਤੁਹਾਡੇ ਕੋਲ ਆ ਜਾਏਗਾ ਜੀ 16 ਵਸਤੂਆਂ। 16 ਵਸਤੂਆਂ ਵੇਚੋਗੇ 6 ਰੁਪਏ 25 ਰੁਪਏ ਦੇ 6 ਰੁਪਏ 25 ਪੈਸੇ ਦੇ ਹਿਸਾਬ ਦੇ ਨਾਲ ਇੱਕ ਵਸਤੂ ਵੇਚੋਗੇ ਤਾਂ ਤੁਹਾਨੂੰ 25% ਮੁਨਾਫਾ ਹੋ ਜਾਏਗਾ ਸਿਰਫ 16 ਵਸਤੂਆਂ ਨੂੰ ਵੇਚ ਕੇ ਹੀ। ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਵੇਗਾ। ਇਸ ਪ੍ਰਸ਼ਨ ਦਾ ਆਨਸਰ ਹੈ ਜੀ 16 ਵਸਤੂਆਂ। ਵੀਡੀਓ ਨੂੰ ਪਾਜ਼ ਕਰਕੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ। ਹਾਂਜੀ, ਸਕਰੀਨ ਤੇ ਅਗਲਾ ਪ੍ਰਸ਼ਨ ਤੁਹਾਡੇ ਸਾਹਮਣੇ ਆ ਜੀ ਕਿ ਕਿਸੇ ਮਸ਼ੀਨ ਦਾ ਮੁੱਲ ਹਰ ਸਾਲ 10% ਘਟ ਜਾਂਦਾ। ਜਦੋਂ ਮਸ਼ੀਨ ਪੁਰਾਣੀ ਹੁੰਦੀ ਹੈ ਤਾਂ ਮੁੱਲ ਘਟਦਾ ਜੀ, ਹਰ ਸਾਲ ਕਿੰਨਾ ਘਟ ਜਾਂਦਾ? ਕਹਿੰਦੇ 10% ਘਟ ਜਾਂਦਾ। ਜੇਕਰ 3 ਸਾਲ ਪੁਰਾਣੀ ਮਸ਼ੀਨ ਹੋਵੇ ਤੇ ਉਹਦੀ ਮੌਜੂਦਾ ਕੀਮਤ 1,45,800 ਰੁਪਏ ਹੋਵੇ ਤਾਂ ਮਸ਼ੀਨ ਦਾ ਖਰੀਦ ਮੁੱਲ ਪਤਾ ਕਰੋ। ਮਤਲਬ ਕਿ ਜਦੋਂ ਮਸ਼ੀਨ ਨਵੀਂ ਸੀ ਤਾਂ ਉਹ ਕਿੰਨੇ ਦੀ ਸੀ, ਇਹ ਤੁਸੀਂ ਦੱਸਣਾ। ਹੁਣ ਤੁਸੀਂ ਦੇਖੋ ਕਿ ਮਸ਼ੀਨ ਦਾ ਹਰ ਸਾਲ ਮੁੱਲ ਆਪਣੇ ਪਹਿਲੇ ਮੁੱਲ ਨਾਲੋਂ ਕਿੰਨਾ ਰਹਿ ਜਾਂਦਾ? 90% ਰਹਿ ਜਾਂਦਾ। ਇਹਨੂੰ ਮੈਂ ਸੋਲਵ ਕੀਤਾ ਹੋਇਆ ਤੁਹਾਡੇ ਵਾਸਤੇ ਕਿ ਮਸ਼ੀਨ ਦਾ ਹਰ ਸਾਲ ਮੁੱਲ ਆਪਣੇ ਮੁੱਲ ਦਾ ਕਿੰਨਾ ਰਹਿ ਜਾਂਦਾ ਜੀ? 90% ਰਹਿ ਜਾਂਦਾ। ਠੀਕ ਹੈ, ਹੁਣ ਮੰਨ ਲਓ ਸਭ ਤੋਂ ਪਹਿਲਾਂ 90% ਰਹਿ ਜਾਂਦਾ। ਸਭ ਤੋਂ ਪਹਿਲਾਂ ਮੰਨ ਲਓ ਕਿ ਮਸ਼ੀਨ ਦਾ ਮੁੱਲ ਐਕਸ ਸੀ। ਠੀਕ ਹੈ ਜੀ, ਤੇ 1 ਸਾਲ ਬਾਅਦ ਕਿੰਨਾ ਹੋ ਜਾਏਗਾ? ਐਕਸ ਦਾ 90% ਕੱਢ ਲਓ, ਐਕਸ ਗੁਣਾ 90/100। ਠੀਕ ਹੈ, 1 ਸਾਲ ਬਾਅਦ ਉਹਦੀ ਮੁੱਲ ਹੈ ਮਸ਼ੀਨ ਦਾ। ਤੇ 2 ਸਾਲ ਬਾਅਦ ਉਹਦਾ ਮੁੱਲ ਕਿੰਨਾ ਹੋ ਜਾਏਗਾ ਜੀ? ਇਹ ਜਿਹੜੀ ਰਕਮ ਹੈ 1 ਸਾਲ ਬਾਅਦ ਵਾਲੀ, ਇਹਦਾ ਫਿਰ 90% ਕੱਢ ਲਓ ਜੀ। ਕਿਵੇਂ ਕੱਢਾਂਗੇ? ਇਸ ਨੂੰ 90/100 ਨਾਲ ਗੁਣਾ ਕਰ ਦਾਂਗੇ, ਬਸ ਉਹ ਕਰ ਦਿੱਤਾ ਆਪਾਂ। 3 ਸਾਲ ਬਾਅਦ, 3 ਸਾਲ ਬਾਅਦ ਆ ਜਿਹੜੀ ਹੁਣ ਫਿਰ ਰਕਮ ਆਈ ਹੈ 2 ਸਾਲ ਵਾਲੀ, ਇਹਦਾ 90% ਕੱਢ ਲਓ ਜੀ। ਕਿਵੇਂ ਕੱਢਣਾ ਹੈ ਉਹ ਤੁਹਾਨੂੰ ਪਤਾ ਹੀ ਹੈ ਕਿ 90/100 ਨਾਲ ਗੁਣਾ ਕਰ ਦੇਣੀ ਹੈ। ਮੈਂ 90/100 ਨਾਲ ਫਿਰ ਗੁਣਾ ਕਰਤੀ। ਹੁਣ ਆ ਜਿਹੜੀ ਜ਼ੀਰੋਆਂ ਨੇ ਉਹ ਮੈਂ ਕੱਟ ਦਿੱਤੀਆਂ ਨੇ, ਮੇਰੇ ਕੋਲ ਰਕਮ ਆ ਗਈ ਹੈ 3 ਸਾਲ ਬਾਅਦ ਮਸ਼ੀਨ ਦਾ। ਜੇਕਰ ਸ਼ੁਰੂ ਤੇ ਮੁੱਲ ਐਕਸ ਸੀ ਤੇ ਹੁਣ ਉਹਦਾ ਮੁੱਲ ਹੋਣਾ ਚਾਹੀਦਾ ਐਕਸ ਗੁਣਾ 9 ਗੁਣਾ 9 ਗੁਣਾ 9 ਬਟਾ 10 ਗੁਣਾ 10 ਗੁਣਾ 10। ਠੀਕ ਹੈ ਜੀ, ਹੁਣ ਇਹ ਜਿਹੜੀ ਵੈਲਿਊ ਹੈ ਤੁਹਾਨੂੰ ਗਿਵਨ ਹੈ, ਇਹ ਉਹਦਾ 3 ਸਾਲ ਬਾਅਦ ਵਾਲਾ ਮੁੱਲ ਹੈ, ਯਾਨੀ ਕਿ ਹੁਣ ਵਾਲਾ ਮੁੱਲ ਹੈ। ਤੇ ਹੁਣ ਵਾਲਾ ਮੁੱਲ ਕਿੰਨਾ ਜੀ ਇਹਦਾ? 1,45,800 ਰੁਪਈਆ। ਹੁਣ 9 ਗੁਣਾ 9 ਗੁਣਾ 9 ਕਿੰਨਾ ਹੋ ਜਾਂਦਾ? 729 ਬਣ ਜਾਂਦਾ ਜੀ। ਤੇ 10 ਗੁਣਾ 10 ਗੁਣਾ 10 ਹੋ ਜਾਂਦਾ 1,000। ਅਸੀਂ ਐਕਸ ਫਾਈਂਡ ਕਰਨਾ ਹੈ ਤਾਂ ਕੀ ਕਰਾਂਗੇ ਆਪਾਂ? ਐਕਸ ਨੂੰ ਇੱਥੇ ਰਹਿਣ ਦਾਂਗੇ, 1,000 ਨੂੰ ਇੱਧਰ ਜਾ ਕੇ ਗੁਣਾ ਕਰਕੇ 729 ਨਾਲ ਤਕਸੀਮ ਕਰ ਦਾਂਗੇ ਤਾਂ ਸਾਡੇ ਕੋਲ ਆ ਜਾਏਗਾ ਜੀ 2,00,000 ਰੁਪਈਆ। ਕਿ ਜੇਕਰ ਕਿਸੇ ਮਸ਼ੀਨ ਦਾ ਮੁੱਲ 2,00,000 ਰੁਪਈਆ ਹੋਵੇ ਤੇ ਹਰ ਸਾਲ 10% ਦੇ ਹਿਸਾਬ ਨਾਲ ਘਟੀ ਜਾਵੇ ਤੇ 3 ਸਾਲ ਬਾਅਦ ਉਸ ਮਸ਼ੀਨ ਦਾ ਮੁੱਲ ਇੰਨਾ ਰਹਿ ਜਾਏਗਾ। ਠੀਕ ਹੈ ਜੀ, ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਵੇਗਾ। ਇਹ ਜਿਹੜਾ ਸਵਾਲ ਹੈ ਇਹਦਾ ਸਹੀ ਜਵਾਬ ਕੀ ਹੈ ਜੀ? ਇਹਦਾ ਸਹੀ ਜਵਾਬ ਹੈ ਜੀ 2,00,000 ਰੁਪਈਆ। 2,00,000 ਰੁਪਈਆ ਜੇਕਰ ਮਸ਼ੀਨ ਦਾ ਮੁੱਲ ਹੋਵੇ ਤੇ 3 ਸਾਲ ਬਾਅਦ ਇੰਨਾ ਰਹਿ ਜਾਏਗਾ। ਹਾਂਜੀ, ਅਗਲਾ ਪ੍ਰਸ਼ਨ ਹੈ ਜੀ, ਕਿਸੇ ਸਮ ਦੋ ਭੁਜੀ ਤ੍ਰਿਭੁਜ ਦਾ ਆਧਾਰ 48 ਸੈਂਟੀਮੀਟਰ ਹੈ ਅਤੇ ਖੇਤਰਫਲ 168 ਸੈਂਟੀਮੀਟਰ ਸਕੁਅਰ ਹੈ। ਤ੍ਰਿਭੁਜ ਦੀਆਂ ਬਰਾਬਰ ਭੁਜਾਵਾਂ ਦੀ ਲੰਬਾਈ ਪਤਾ ਕਰਨੀ ਹੈ। ਠੀਕ ਹੈ ਜੀ, ਹੁਣ ਇਹ ਤਾਂ ਬੜਾ ਸਿੰਪਲ ਜਿਹਾ ਸਵਾਲ ਹੈ। ਸਾਨੂੰ ਪਤਾ ਹੈ ਕਿ ਜਿਹੜਾ ਸਮ ਦੋ ਭੁਜੀ ਤ੍ਰਿਭੁਜ ਹੁੰਦੀ ਹੈ ਇਹਦਾ ਖੇਤਰਫਲ ਕਾਹਦੇ ਬਰਾਬਰ ਹੁੰਦਾ ਹੈ? ਇਹਦਾ ਖੇਤਰਫਲ ਹੁੰਦਾ ਹੈ ਜੀ 1/2 ਆਧਾਰ ਗੁਣਾ ਲੰਬਾਈ। 1/2 ਆਧਾਰ ਗੁਣਾ ਲੰਬਾਈ ਇਹਦਾ ਖੇਤਰਫਲ ਹੁੰਦਾ ਜੀ। ਠੀਕ ਹੈ ਜੀ, ਤੇ ਇਹ ਸਮ ਦੋ ਭੁਜੀ ਤ੍ਰਿਭੁਜ ਆ, ਮੰਨ ਲਓ ਇਹਦੀਆਂ ਜਿਹੜੀਆਂ ਦੋਵੇਂ ਭੁਜਾਵਾਂ ਬਰਾਬਰ ਨੇ, ਜੇ ਭੁਜਾਵਾਂ ਬਰਾਬਰ ਨੇ ਤਾਂ ਇਹਨੂੰ ਵੀ ਐਕਸ ਕਹਿ ਲਓ ਤੇ ਇਹਨੂੰ ਵੀ ਐਕਸ ਕਹਿ ਲਓ, ਤੇ ਇਹਦੀ ਉਚਾਈ ਮੰਨ ਲਓ ਐਚ ਹੈ। ਆ ਬੇਸ ਤੁਹਾਨੂੰ ਗਿਵਨ ਹੈ, ਆਧਾਰ ਤੁਹਾਨੂੰ ਪਹਿਲਾਂ ਗਿਵਨ ਹੈ। ਆਧਾਰ ਕਿੰਨਾ? 48। ਤੇ ਆ ਕਿੰਨਾ ਕਿੰਨਾ ਹੋ ਜਾਏਗਾ ਜੀ?
ਇਹ 24 ਇੱਕ ਪਾਸੇ ਰਹਿ ਜਾਏਗਾ ਤੇ 24 ਇੱਕ ਪਾਸੇ ਰਹਿ ਜਾਏਗਾ। ਠੀਕ ਹੈ, ਹੁਣ ਸਾਨੂੰ ਬੇਸ ਤੇ ਪਤਾ ਪਰ ਸਾਨੂੰ ਹਾਈਟ ਨਹੀਂ ਪਤਾ, ਸਾਨੂੰ ਐਚ ਕੱਢਣਾ ਪੈਣਾ ਤੇ ਐਚ ਕੱਢਣ ਵਾਸਤੇ ਆਹ ਜਿਹੜੀ ਤਰਭੁਜ ਹੈ, ਆਹ ਜਿਹੜੀ ਇਸੇ ਵਾਲੀ ਤਰਭੁਜ ਹੈ, ਇਹਨੂੰ ਆਪਾਂ ਲੈ ਕੇ ਚੱਲਣਾ ਓ ਏ ਸੀ ਵਾਲੀ ਤਰਭੁਜ। ਹੁਣ ਇਹਦੇ ਵਿੱਚ ਸਿੰਪਲ ਜੀ ਪਾਇਥਾਗੋਰਸ ਥਿਓਰਮ ਲਗਾਵਾਂਗੇ ਤਾਂ ਕੀ ਹੁੰਦੀ ਪਾਇਥਾਗੋਰਸ ਥਿਓਰਮ ਕਿ ਆਧਾਰ ਦਾ ਸਕੇਅਰ ਜਾਂ ਲੰਬ ਦਾ ਸਕੇਅਰ ਕਾਹਦੇ ਬਰਾਬਰ ਹੋਣਾ, ਕਰਨ ਦੇ ਸਕੇਅਰ ਦੇ, ਯਾਨੀ ਕਿ ਐਚ ਸਕੇਅਰ ਪਲੱਸ, ਹੁਣ ਇਹਦਾ ਆਧਾਰ ਕਿੰਨਾ, ਆ ਜਿਹੜੀ ਓ ਏ ਸੀ ਵਾਲੀ ਦਾ ਆਧਾਰ ਹੈ 24, ਕਿਉਂਕਿ ਟੋਟਲ 48 ਸੀ ਨਾ, ਉਹਦਾ ਆਧਾਰ ਹੈਗਾ 24। ਠੀਕ ਹੈ, ਐਚ ਸਕੇਅਰ ਜਮਾਂ 24 ਸਕੇਅਰ ਬਰਾਬਰ ਹੈ ਐਕਸ ਸਕੇਅਰ। ਹੁਣ ਇੱਥੋਂ ਆਪਾਂ ਐਚ ਸਕੇਅਰ ਫਾਈਂਡ ਕਰ ਲੈਂਦੇ ਹਾਂ, ਪਰ ਸਾਨੂੰ ਚਾਹੀਦਾ ਤਾਂ ਇਕੱਲਾ ਐਚ ਹੈ, ਤਾਂ ਕੀ ਕਰੀਏ, ਇਹਦਾ ਸਕੇਅਰ ਰੂਟ ਕੱਢ ਦਾਂਗੇ। ਐਚ ਬਰਾਬਰ ਹੈ ਸਕੇਅਰ ਰੂਟ ਐਕਸ ਸਕੇਅਰ ਮਾਈਨਸ 24 ਦਾ ਸਕੇਅਰ, ਇਹ ਸਾਡੇ ਕੋਲ ਐਚ ਆ ਗਿਆ। ਤੇ ਤ੍ਰਿਭੁਜ ਦਾ ਖੇਤਰਫਲ ਤਾਂ ਸਾਨੂੰ ਪਹਿਲਾਂ ਹੀ ਗਿਵਨ ਹੈ, ਤ੍ਰਿਭੁਜ ਦਾ ਖੇਤਰਫਲ ਦਾ ਫਾਰਮੂਲਾ 1/2 ਬੇਸ ਗੁਣਾ ਹਾਈਟ, ਬੇਸ ਆ ਇੱਥੇ 48, ਹਾਈਟ ਐਚ, ਇਹ ਮੈਂ ਪੂਰੀ ਤ੍ਰਿਭੁਜ ਦੀ ਗੱਲ ਕਰ ਰਿਹਾ, ਏ ਬੀ ਸੀ ਦਾ ਬੇਸ 48 ਹੈ। ਠੀਕ ਹੈ, ਹੁਣ ਇਹਦੀ ਵੈਲਿਊ ਕਿੰਨੀ ਹੈ ਜੀ, ਇਹਦੀ ਵੈਲਿਊ 168 ਜਿਹੜੀ ਤੁਹਾਨੂੰ ਪਹਿਲਾਂ ਗਿਵਨ ਹੈ। ਠੀਕ ਹੈ, ਜਿਹੜੀ ਚੀਜ਼ ਕੱਟੀ ਜਾਂਦੀ ਹੈ ਉਹਨੂੰ ਕੱਢ ਦਿਓ, 2 ਦੇ ਨਾਲ 48 ਕੱਟਿਆ ਗਿਆ 24 ਆ ਗਿਆ। ਠੀਕ ਹੈ, 24 ਨੂੰ 168 ਦੇ ਬਟੇ 'ਚ ਲੈ ਗਏ, ਥੱਲੇ ਲੈ ਗਏ ਤਾਂ ਘੱਟ ਕੇ 7 ਆ ਗਿਆ, ਇੱਧਰ ਆ ਗਿਆ ਸਕੇਅਰ ਰੂਟ ਐਕਸ ਸਕੇਅਰ ਮਾਈਨਸ 24 ਦਾ ਸਕੇਅਰ ਕੀਤਾ 576 ਆ ਗਿਆ। ਠੀਕ ਹੈ, ਕੱਢਣਾ ਆਪਾਂ ਐਕਸ ਹੈ ਤਾਂ ਕੀ ਕਰੀਏ, ਹੁਣ ਦੋਨਾਂ ਸਾਈਡਾਂ ਦਾ ਅਸੀਂ ਕਰ ਦਈਏ ਸਕੇਅਰ ਕਰ ਦਈਏ, ਦੋਨਾਂ ਸਾਈਡਾਂ ਦਾ ਕੀ ਕਰ ਦਈਏ ਜੀ ਸਕੇਅਰ ਕਰ ਦਈਏ, ਤਾਂ ਕਿ ਸਕੇਅਰ ਰੂਟ ਖਤਮ ਹੋ ਜਾਏ। ਇਹਦਾ ਵੀ ਸਕੇਅਰ ਕਰਤਾ, ਇਹਦਾ ਵੀ ਸਕੇਅਰ ਕਰਤਾ ਜੀ, 77 49, ਇਹਦਾ ਸਕੇਅਰ ਰੂਟ ਕੀ, ਸਕੇਅਰ ਕੀਤਾ ਤੇ ਸਕੇਅਰ ਰੂਟ ਖਤਮ ਹੋ ਗਿਆ। ਇੱਥੋਂ ਆਪਾਂ ਐਕਸ ਨੂੰ ਇੱਥੇ ਰਹਿਣ ਦਿੱਤਾ, ਦੂਜੀ ਰਕਮ ਦੂਸਰੀ ਸਾਈਡ ਤੇ ਲੈ ਗਏ, 576 ਤੇ 49 ਨੂੰ ਜੋੜਿਆ ਤਾਂ 625 ਆ ਗਿਆ। ਤੇ ਜੇਕਰ ਤੁਸੀਂ ਸਕੇਅਰ ਰੂਟ ਲਓਗੇ ਤੇ 25 25 625, ਤੇ ਤ੍ਰਿਭੁਜ ਦੀ ਜਿਹੜੀ ਬਰਾਬਰ ਭੁਜਾਵਾਂ ਨੇ ਉਹ ਦੋਵੇਂ ਕੀ ਨੇ, 25 25 ਸੈਂਟੀਮੀਟਰ, ਇਹ ਵੀ 25 ਸੈਂਟੀਮੀਟਰ ਹੈ ਤੇ ਇਹ ਵੀ 25 ਸੈਂਟੀਮੀਟਰ ਹੈ। ਠੀਕ ਹੈ ਜੀ, ਉਮੀਦ ਹੈ ਤੁਹਾਨੂੰ ਇਹ ਸਮਝ ਆ ਗਈ ਹੋਏਗੀ। ਜੇਕਰ ਕੋਈ ਵੀ ਡਾਊਟ ਹੋਏ ਤਾਂ ਵੀਡੀਓ ਨੂੰ ਪਾਜ਼ ਕਰਕੇ ਜ਼ਰੂਰ ਦੇਖ ਲਿਓ, ਕਿਉਂਕਿ ਜਿਹੜੇ ਸਵਾਲ ਨੇ ਇਹ ਸੁਣ ਕੇ ਨਹੀਂ, ਇਹ ਸਮਝ ਕੇ ਨਿਕਲਣੇ ਨੇ, ਜੇ ਤੁਸੀਂ ਇਹਨੂੰ ਸਮਝੋਗੇ ਫਿਰ ਹੀ ਪਤਾ ਲੱਗਣਾ। ਯਾਨੀ ਕਿ ਸਹੀ ਜਵਾਬ ਕੀ ਹੈ ਇਹਦਾ, 25 ਸੈਂਟੀਮੀਟਰ, 25 ਸੈਂਟੀਮੀਟਰ ਇਹਦਾ ਸਹੀ ਜਵਾਬ ਹੈ ਜੀ। ਠੀਕ ਹੈ ਜੀ, ਹਾਂਜੀ ਅਗਲਾ ਪ੍ਰਸ਼ਨ ਹੈ ਜੀ, ਅਗਲਾ ਪ੍ਰਸ਼ਨ ਹੈ, ਕਿਸੇ ਵਰਗ ਦਾ ਖੇਤਰਫਲ ਕਿਸੇ ਚੱਕਰ ਦੇ ਖੇਤਰਫਲ ਦਾ 6/π ਹੈ, ਵਰਗ ਦੀ ਭੁਜਾ ਦਾ ਚੱਕਰ ਦੇ ਵਿਆਸ ਨਾਲ ਅਨੁਪਾਤ ਪਤਾ ਕਰੋ। ਸਟੇਟਮੈਂਟ ਤੁਸੀਂ ਅੰਗਰੇਜ਼ੀ 'ਚ ਪੜ੍ਹ ਸਕਦੇ ਹੋ ਜੇ ਤੁਹਾਨੂੰ ਸਮਝ ਨਾ ਲੱਗੇ ਤੇ। ਹੁਣ ਇਹਨੂੰ ਵੀ ਸੋਲਵ ਕੀਤਾ ਹੋਇਆ ਹੈ ਜੀ, ਕਿ ਵਰਗ ਦਾ ਖੇਤਰਫਲ ਕੀ ਹੁੰਦਾ, ਵਰਗ ਦਾ ਖੇਤਰਫਲ ਹੁੰਦਾ ਭੁਜਾ ਗੁਣਾ ਭੁਜਾ। ਸਭ ਤੋਂ ਪਹਿਲਾਂ ਮੈਂ ਮੰਨ ਲਿਆ ਕਿ ਵਰਗ ਦੀ ਲੰਬਾਈ ਹੈ ਏ, ਕਿਸੇ ਵਰਗ ਦੀ ਭੁਜਾ ਦੀ ਲੰਬਾਈ ਕਿੰਨੀ ਹੋ ਗਈ ਏ, ਤੇ ਵਰਗ ਦਾ ਖੇਤਰਫਲ ਹੋ ਗਿਆ ਏ ਸਕੇਅਰ। ਸਾਨੂੰ ਦੱਸਿਆ ਕੀ ਆ, ਸਾਨੂੰ ਗਿਵਨ ਹੈ ਕਿ ਵਰਗ ਦਾ ਖੇਤਰਫਲ ਚੱਕਰ ਦੇ ਖੇਤਰਫਲ ਦੇ 16/π ਹਿੱਸੇ ਦੇ ਬਰਾਬਰ ਹੈ। ਮਤਲਬ ਹੁਣ ਚੱਕਰ ਦਾ ਖੇਤਰਫਲ ਜੇਕਰ ਮੈਂ ਕੱਢਾਂ ਉਹ ਕੀ ਹੋਏਗਾ, ਜੇ ਚੱਕਰ ਦਰਦ ਵਿਆਸ ਆਰ ਹੈ ਤੇ ਚੱਕਰ ਦਾ ਖੇਤਰਫਲ ਹੋ ਜਾਏਗਾ ਪਾਈ ਆਰ ਸਕੇਅਰ। ਹੁਣ ਚੱਕਰ ਦੇ ਖੇਤਰਫਲ ਨੂੰ ਜੇਕਰ 16/π ਦੇ ਨਾਲ ਗੁਣਾ ਕਰ ਦਈਏ ਤੇ ਵਰਗ ਦਾ ਖੇਤਰਫਲ ਬਣ ਜਾਂਦਾ ਜੀ। ਸਟੇਟਮੈਂਟ ਇਹ ਹੈ, ਚੱਕਰ ਦੇ ਖੇਤਰਫਲ ਨੂੰ ਜੇਕਰ ਗੁਣਾ ਕਰ ਦਈਏ 16/π ਦੇ ਨਾਲ ਤੇ ਕੀ ਬਣ ਜਾਂਦਾ, ਵਰਗ ਦਾ ਖੇਤਰਫਲ, ਇਹ ਚੱਕਰ ਦਾ ਖੇਤਰਫਲ, ਇਹਨੂੰ 16/π ਨਾਲ ਗੁਣਾ ਕੀਤਾ, ਪਾਈ ਨਾਲ ਪਾਈ ਕੱਟਿਆ ਗਿਆ, ਏ ਸਕੇਅਰ ਆ ਗਿਆ ਸਾਡੇ ਕੋਲ। ਠੀਕ ਹੈ ਜੀ, ਏ ਸਕੇਅਰ ਹੋ ਗਿਆ 16, ਆਰ ਸਕੇਅਰ ਦੋਨਾਂ ਸਾਈਡ ਦਾ ਤੁਸੀਂ ਸਕੇਅਰ ਰੂਟ ਲੈ ਲਓਗੇ ਤੇ ਬਣ ਜਾਏਗਾ ਏ ਇਜ਼ ਇਕੁਅਲ ਟੂ, ਇਹਦਾ ਸਕੇਅਰ ਰੂਟ ਲਓਗੇ, ਇਹਦਾ ਸਕੇਅਰ ਰੂਟ ਲਓਗੇ ਤਾਂ ਕੀ ਹੋ ਜਾਏਗਾ, ਏ ਸਕੇਅਰ ਦਾ ਸਕੇਅਰ ਰੂਟ ਏ ਆ ਜਾਏਗਾ, 16 ਦਾ ਸਕੇਅਰ ਰੂਟ 4 ਆ ਜਾਏਗਾ, ਆਰ ਸਕੇਅਰ ਦਾ ਆਰ ਆ ਜਾਏਗਾ। ਹੁਣ ਏ ਬਰਾਬਰ ਆ ਗਿਆ 4 ਆਰ, ਆਰ ਸਾਡੇ ਕੋਲ ਕੀ ਹੈ, ਆਰ ਸਾਡੇ ਕੋਲ ਅਰਧ ਵਿਆਸ ਹੈ, ਤੇ ਅਸੀਂ ਕੀ ਕੱਢਣਾ, ਅਸੀਂ ਵਿਆਸ ਕੱਢਣਾ, ਵਿਆਸ ਹੁੰਦਾ 2 ਆਰ ਦੇ ਬਰਾਬਰ। ਹੁਣ ਆਡਾ 4 ਨੂੰ ਮੈਂ 2 × 2 ਲਿਖ ਦਾਂਗਾ ਤਾਂ ਇੱਕ ਬੰਨੇ ਮੇਰੇ ਕੋਲ ਰਹਿ ਜਾਏਗਾ 2 ਆਰ, 2 ਆਰ ਕੀ ਹੈ ਜੀ, 2 ਆਰ ਸਾਡੇ ਕੋਲ ਵਿਆਸ ਹੈ, ਤੇ ਏ ਬਟਾ 2 ਆਰ, ਆਪਾਂ ਇਹਨਾਂ ਦੋਵਾਂ ਦੀ ਰੇਸ਼ੋ ਵੀ ਪਤਾ ਕਰਨੀ ਹੈ, ਵਰਗ ਦੀ ਭੁਜਾ ਤੇ ਚੱਕਰ ਦੇ ਵਿਆਸ ਦੀ ਰੇਸ਼ੋ ਤੇ ਆਪਾਂ ਪਤਾ ਕਰਨੀ ਹੈ, ਇਹਨੂੰ 2 ਆਰ ਨੂੰ ਇਹਦੇ ਬਟੇ 'ਚ ਲੈ ਜਾਓ, ਇਹ ਬਣ ਜਾਏਗਾ 2/1, ਜਾਂ ਕਹਿ ਲਓ 2:1, ਵਰਗ ਦੀ ਭੁਜਾ ਤੇ ਚੱਕਰ ਦਾ ਵਿਆਸ, ਇਹਨਾਂ ਦੋਵਾਂ ਦਾ ਅਨੁਪਾਤ ਕਿੰਨਾ ਜੀ, 2:1, 2:1, ਆ ਜਿਹੜਾ ਦੂਸਰਾ ਆਪਸ਼ਨ ਹੈ ਇਹ ਬਿਲਕੁਲ ਸਹੀ ਹੈ ਜੀ। ਠੀਕ ਹੈ ਜੀ, ਹੁਣ ਅਗਲਾ ਪ੍ਰਸ਼ਨ ਹੈ ਜੀ, ਕਿਸੇ ਬਹੁਭੁਜ ਦੇ ਸਾਰੇ ਅੰਦਰੂਨੀ ਕੋਣਾਂ ਦਾ ਜੋੜ 1440 ਡਿਗਰੀ ਹੈ, ਬਹੁਭੁਜ ਦੀਆਂ ਭੁਜਾਵਾਂ ਦੀ ਸੰਖਿਆ ਦੱਸੋ। ਇਹ ਸਿੰਪਲ ਜਿਹਾ ਕੁਐਸਚਨ ਹੈ ਜੀ, ਇਹਦਾ ਇੱਕ ਸਿੰਪਲ ਜਿਹਾ ਤੁਸੀਂ ਫਾਰਮੂਲਾ ਯਾਦ ਕਰ ਲੈਣਾ ਕਿ ਕੋਈ ਵੀ ਬਹੁਭੁਜ ਹੈ ਉਹਦੇ ਅੰਦਰੂਨੀ ਕੋਣਾਂ ਦਾ ਜੋੜ ਭੁਜਾਵਾਂ ਦੀ ਗਿਣਤੀ 'ਚੋਂ 2 ਘਟਾ ਦਿਓ ਤੇ 180 ਨਾਲ ਗੁਣਾ ਕਰ ਦਿਓ ਉਹਦੇ ਬਰਾਬਰ ਹੁੰਦਾ। ਹੁਣ ਸਾਡੇ ਕੋਲ ਬਹੁਭੁਜ ਦੇ ਅੰਦਰੂਨੀ ਕੋਣਾਂ ਦਾ ਜੋੜ ਕਿੰਨਾ ਹੈ, 1440,
ਇਹ ਕਾਹਦੇ ਬਰਾਬਰ ਹੋਏਗਾ? ਆਪਾਂ ਐਨ ਕੱਢਣਾ, ਐਨ ਘਟਾਓ 2 ਗੁਣਾ 180, 1440 ਨੂੰ 180 ਨਾਲ ਕੱਟ ਦਿਓ, ਕੱਟ ਕੇ ਆ ਜਾਏਗਾ ਜੀ 8, ਤੇ ਐਨ ਕੱਢਣ ਵਾਸਤੇ 2 ਨੂੰ ਦੂਜੀ ਸਾਈਡ ਤੇ ਲੈ ਜਾਓ ਤੇ ਤੁਹਾਡੇ ਕੋਲ ਆ ਜਾਏਗੀ ਵੈਲਿਊ 10। ਐਨ ਦੀ ਵੈਲਿਊ ਕਿੰਨੀ ਹੈ ਜੀ 10, ਭੁਜਾਵਾਂ ਦੀ ਗਿਣਤੀ ਕਿੰਨੀ ਹੋ ਗਈ 10, ਯਾਨੀ ਕਿ ਇਹ ਜਿਹੜਾ ਪ੍ਰਸ਼ਨ ਹੈ ਇਹਦਾ ਸਹੀ ਜਵਾਬ ਹੈ ਜੀ 10। ਬਹੁਭੁਜ ਦੀਆਂ ਕਿੰਨੀਆਂ ਭੁਜਾਵਾਂ ਹੋਣਗੀਆਂ? 10।